ਜਿੱਦੇ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾ ਕਿ ਮੈਂ ਵਿਆਹ 'ਤੇ ਆਪਣੇ ਜਾਂ ਜਦੇ ਮੇਰਾ ਦਿਲ ਕੀਤਾ ਵੀ ਮੇਰੇ ਫੰਕਸ਼ਨਾਂ 'ਤੇ ਮੈਂ ਲਾਭ ਹੀਰੇ ਦਾ ਅਖਾੜਾ ਲਵਾਊਂਗਾ ਅਤੇ ਗਾਣੇ ਦੇ ਵਿੱਚ ਮਾਫੀਆ ਸਟਾਈਲ 'ਚ ਇਹ ਗੱਲ ਕਹੀ ਸੀ। ਉਸ ਤੋਂ ਬਾਅਦ ਲੋਕਾਂ ਨੇ ਵੈਲਕਮ ਬੈਕ ਗਾਇਸ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਆ ਰਿਐਕਟ ਹੱਬ। ਮੈਂ ਤੁਹਾਡਾ ਆਪਣਾ ਅਮਨਦੀਪ, ਮੈਂ ਤੁਹਾਡਾ ਆਪਣਾ ਜਸਮੀਤ। ਆਓ ਦਿਲ ਦਾ ਨੀ ਮਾੜਾ ਮੇਰਾ ਸਿੱਧੂ ਮੂਸੇਵਾਲਾ। Guess who's back? ਹੋਪੀ ਸਾਰਿਆਂ ਨੇ ਵਧੀਆ ਹੋਵੋਗੇ, ਕੈਮ ਹੋਵੋਗੇ ਤੇ ਰਿਐਕਸ਼ਨ ਇੰਜੋਏ ਕਰਦੇ ਹੋਵੋਗੇ ਤੇ ਹੈਸ਼ਟੈਗ ਜ਼ਰੂਰ ਯੂਜ਼ ਕਰਦੇ ਹੋਵੋਗੇ। ਵੈਸੇ ਸਾਨੂੰ ਕਹਿਣ ਦੀ ਲੋੜ ਤਾਂ ਨਹੀਂ ਹੈ ਕਿਉਂਕਿ ਸਾਨੂੰ ਪਤਾ ਤੁਸੀਂ ਕਮੈਂਟਾਂ ਦੇ ਵਿੱਚ ਹੈਸ਼ਟੈਗ ਸਿਰਫ ਜਸਟਿਸ ਫੋਰ ਸਿੱਧੂ ਮੂਸੇਵਾਲਾ ਯੂਜ਼ ਕਰਦੇ ਪਏ ਹੋ, ਕਿਉਂਕਿ ਇਹੀ ਚੀਜ਼ ਇੰਪੋਰਟੈਂਟ ਆ ਕਿ ਬਾਕੀ ਸਾਰੀਆਂ ਚੀਜ਼ਾਂ ਛੱਡ ਕੇ ਬਾਈ ਘੈਂਟ ਵੀਡੀਓ ਸਿਰਾ ਰਿਐਕਸ਼ਨ ਜੇ ਵੋ, ਆਪਾਂ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਇਸ ਚੀਜ਼ ਜਿਹੜੀ ਜਿਹੜੀ ਇਸ ਟਾਈਮ ਜ਼ਰੂਰੀ ਆ ਉਹ ਇਹੀ ਆ ਜਸਟਿਸ ਫੋਰ ਸਿੱਧੂ ਮੂਸੇਵਾਲਾ, ਜਿੰਨੇ ਦਾ ਵੱਧ ਤੋਂ ਵੱਧ ਲੋਕਾਂ ਨੂੰ ਕਹਿ ਸਕੀਏ ਦਿਖਾ ਸਕੀਏ ਯਾਰ ਹੈਸ਼ਟੈਗ। ਤਾਂ ਫਿਰ ਇਸ ਕਰਕੇ ਸਪੋਰਟ ਕਰੋ, ਸਾਥ ਦਿਓ, ਇੱਦਾਂ ਹੀ ਸਾਥ ਬਣਾਈ ਰੱਖੋ ਤੇ ਦੂਜੇ ਚੈਨਲ ਨੂੰ ਜਾ ਕੇ ਜ਼ਰੂਰ ਸਬਸਕ੍ਰਾਈਬ ਕਰੋ ਯਾਰ, ਤੁਸੀਂ ਕਰਦੇ ਨਹੀਂ ਬਏ, ਪਤਾ ਨਹੀਂ ਕੀ ਗੱਲ ਹੋ ਗਈ, ਲੱਗਦਾ ਪਿਆਰ ਘੱਟ ਗਿਆ ਹੁਣ ਤੁਹਾਡਾ ਹੈ ਨਾ। ਸਹੀ ਆ ਬਾਈ, ਦੇਖੋ ਵੀਡੀਓ ਦੇਖੋ ਪਹਿਲਾਂ, ਵਧੀਆ ਲੱਗੀ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਕੁਛ ਆਉਣਾ ਅੱਗੇ, ਟੈਨਸ਼ਨ ਨਾ ਲਓ। ਸਾਨੂੰ ਐਂ ਆ ਵੀ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਇੱਕ ਮੋਟੀਵੇਸ਼ਨ ਮਿਲਦੀ ਹੈ ਨਾ, ਬੰਦਾ ਮੋਟੀਵੇਟ ਹੁੰਦਾ ਵਾ, ਚਾਹੁੰਦੇ ਆ ਨਾ। ਨਹੀਂ ਸਾਨੂੰ ਕੁਛ ਨੀ ਹੈਗਾ, ਨਹੀਂ ਸਿਰਫ ਰਿਐਕਸ਼ਨ ਹੀ ਆਉਂਦੇ ਰਹਿਣਗੇ, ਅਸੀਂ ਉਹ ਛੱਡ ਦਾਂਗੇ, ਸਾਨੂੰ ਕੋਈ ਚੱਕਰ ਨਹੀਂ ਵੀ ਏਡਾ ਨੀ ਹੈਗਾ ਵੀ ਧੱਕਾਈ ਆ ਵੀ ਵਲੋਗਿੰਗ ਕਰਨੀ ਕਰਨੀ ਆ, ਪਰ ਜੇ ਤੁਸੀਂ ਸਾਥ ਦਿੰਦੇ ਹੋ ਹੈ ਨਾ, ਅਤੇ ਕਿਉਂਕਿ ਸਾਥ ਸਾਨੂੰ ਤਾਂ ਪਤਾ ਲੱਗਿਆ ਵਾ ਜਿਹੜੇ ਅਸੀਂ ਵੀਡੀਓ ਦੇ ਵਿੱਚ ਕਮੈਂਟ ਗਏ ਸੀਗੇ, ਤੁਸੀਂ ਕਮੈਂਟ ਇਹ ਕਰਿਓ ਜੇ ਵੀਡੀਓ ਸਹੀ ਲੱਗੀ ਜਸਟਿਸ ਫੋਰ ਸਿੱਧੂ ਮੂਸੇਵਾਲਾ, ਸਾਨੂੰ ਪਤਾ ਲੱਗ ਜਾਓ ਸਾਡਾ ਕੰਮ ਸਹੀ ਆ, ਤਾਂ ਉਸ ਵੀਡੀਓ ਦੇ ਨੀਚੇ ਕਮੈਂਟ 150-250 ਕਮੈਂਟ ਆਇਆ ਹੋਇਆ ਵਾ, ਠੀਕ ਆ, ਤਾਂ ਸਿਰਫ ਜਸਟਿਸ ਫੋਰ ਸਿੱਧੂ ਮੂਸੇਵਾਲਾ ਆਇਆ ਹੋਇਆ, ਤਾਂ ਕਰਕੇ ਸਲਿਊਟ ਆ ਤੁਹਾਨੂੰ, ਦਿਲੋਂ ਪਿਆਰ ਆ ਬਹੁਤ ਬਹੁਤ, ਠੀਕ ਆ। ਅਤੇ ਉਸ ਚੈਨਲ ਨੂੰ ਤੁਸੀਂ ਸ਼ੇਅਰ ਕਰੋ ਅੱਗੇ, ਜਿਵੇਂ ਰਿਐਕਟ ਹੱਬ ਨੂੰ ਪਿਆਰ ਦਿੰਦੇ ਹੋ, ਇੱਥੇ ਆਪਾਂ ਅਲੱਗ ਹੀ ਕੰਮ ਲੈ ਕੇ ਆਉਂਦੇ ਹਾਂ, ਠੀਕ ਆ, ਜਿਹੜਾ ਗਲਤ ਆ ਗਲਤ ਨੂੰ ਗਲਤ ਕਹਿੰਦੇ ਹਾਂ, ਸਹੀ ਨੂੰ ਸਹੀ ਕਹਿੰਦੇ ਹਾਂ, ਠੀਕ ਆ, ਅਤੇ ਉੱਦਾਂ ਹੀ ਉਹਦੇ 'ਤੇ ਚੀਜ਼ਾਂ ਆਉਣਗੀਆਂ, ਜਿਹੜੀ ਚੀਜ਼ ਸਹੀ ਆ ਸਹੀ ਆਊਗੀ, ਗਲਤ ਉੱਤੇ ਕੁਛ ਨਹੀਂ ਆਉਣਾ, ਸਹੀ ਆ ਤਾਂ ਵੱਧਦੇ ਆ ਵੀਡੀਓ ਸੱਚ ਵੱਲ, ਨਹੀਂ ਅੱਜ ਵੀਡੀਓ ਹੈ ਕਿਹੜੀ ਆ ਪਹਿਲਾਂ ਇਹ ਤਾਂ ਦੱਸ। ਅੱਜ ਦੀ ਵੀਡੀਓ ਇੰਟਰਵਿਊ ਦੀ ਜੋ ਕਿ ਬਾਈ ਨੇ ਦਿੱਤੀ ਯੂਕੇ 'ਚ, ਯੂਕੇ 'ਚ ਫਸਟ ਇੰਟਰਵਿਊ ਸੀਗੀ ਬਾਈ ਦੀ, ਅਤੇ ਬਹੁਤ ਰੇਅਰ ਬੰਦਿਆਂ ਨੇ ਦੇਖੀ ਹੋਣੀ ਆ, ਅਸੀਂ ਵੀ ਦੇਖੀ ਸੀ, ਅਤੇ ਇਹ ਚੀਜ਼ ਜ਼ਰੂਰ ਦੇਖਿਓ ਧਿਆਨ ਨਾਲ, ਇਹ 'ਚ ਬਹੁਤ ਗੱਲਾਂ ਨੇ ਜਦੋਂ ਬਾਈ ਗਿਆ ਗਿਆ ਸੀ ਯੂਕੇ ਹੈ ਨਾ ਉਦੋਂ ਦੀਆਂ ਨੇ, ਅਤੇ ਵੈਸੇ ਬਾਈ ਦੀ ਤੁਹਾਨੂੰ ਲੁੱਕ ਤੋਂ ਪਤਾ ਲੱਗ ਜਾਣਾ ਵਾ ਕਿ ਉਦੋਂ ਯੰਗ ਏਜ ਆ ਬਾਈ, ਹੈ ਨਾ, ਤਾਂ ਬਾਕੀ ਵੱਧਦਿਆਂ ਵੀਡੀਓ ਵੱਲ, ਸਟੇ ਟਿਊਨ, ਕਰਦੀ ਸ਼ੁਰੂ, ਲੈਟਸ ਸੀ। ਤੂੰ ਗੱਭਰੂ ਨੂੰ ਮੰਨੜੇ ਅੱਖ ਬਾਰਾਂ ਗੇਜੀ ਸ਼ੋਟ ਗਾਨੀ ਅਲੜੇ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਦਿਆ, ਉਹ ਸਿਰ ਉੱਤੋਂ ਲੰਘਣ ਬੁਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਹਾਰ ਦੀਆਂ, ਉੱਚੀਆਂ ਨੇ ਗੱਲਾਂ ਤੇਰੇ ਪਮਲੇ ਦੀਆਂ। ਜਿਹੜਾ ਸਾਡਾ ਕੰਮ ਹੁੰਦਾ ਆ ਇਸ ਟੂ ਪਲੇ ਦ ਬੈਸਟ ਇਨ ਪੰਜਾਬੀ ਮਿਊਜ਼ਿਕ ਜਿੱਥੇ ਜਿੱਥੋਂ ਮਰਜ਼ੀ ਹੋਵੇ, ਅਤੇ ਕਈ ਵਾਰੀ ਇਸ ਤਰ੍ਹਾਂ ਦਾ ਕਲਾਕਾਰ ਪਹੁੰਚ ਜਾਂਦਾ ਹੈ ਲੋਕਾਂ ਦੀ ਨਜ਼ਰਾਂ ਦੇ ਵਿੱਚ ਜਿੱਥੇ ਮੈਂ ਪਤਾ ਨਹੀਂ ਸਾਰਾ ਕੁਛ ਚੇਂਜ ਹੋ ਜਾਂਦਾ ਹੈ, ਮਿਊਜ਼ਿਕ ਦਾ ਸਟਾਈਲ, ਗਾਉਣ ਦਾ ਸਟਾਈਲ, ਐਟੀਟਿਊਡ ਦਾ ਸਟਾਈਲ, ਅਤੇ ਇਸ ਕਲਾਕਾਰ ਨੇ ਜਿਸ ਜਿਹਨਾਂ ਜਿਹਨਾਂ ਅਸੀਂ ਗੱਲਾਂ ਬਾਤਾਂ ਕਰਨ ਲੱਗੇ ਹਾਂ, ਹੀ ਇਜ਼ ਦਨ ਐਗਜੈਕਟਲੀ ਦਾ, ਹੀ ਹੈਜ਼ ਜਸਟ ਕਮ ਆਊਟ ਆਫ ਨੋਵੇਅਰ ਐਂਡ ਹੈਜ਼ ਐਬਸੋਲੂਟਲੀ ਚੇਂਜਡ ਦ ਸੀਨ, ਅਤੇ ਇੰਨਾ ਪਿਆਰ ਇਹਨਾਂ ਨੂੰ ਮਿਲ ਰਿਹਾ ਆ ਵਰਲਡ ਵਾਈਡ ਵਿਦ ਹਿਜ਼ ਯੂਨੀਕ ਸਟਾਈਲ, ਐਂਡ ਹੇਅਰ ਇਨ ਦ ਯੂਕੇ ਹੀ ਇਜ਼ ਅਬਾਊਟ ਟੂ ਫਲਾਈ ਆਊਟ। ਹਰ ਇੱਕ ਦਾ ਵੈਸੇ ਕੰਟਰੀ ਦਾ ਅਲੱਗ ਹੀ ਹੁੰਦਾ, ਤੇ ਸਿੱਧੂ ਦੀ ਲੁੱਕ ਦੇਖੋ, ਸਿੱਧੂ ਦਾ ਇੱਕ ਨੇਚਰ ਦੇਖੋ, ਬੈਠਾ ਵਾ, ਰਿਸਪੈਕਟ ਦੇ ਰਿਹਾ, ਠੀਕ ਆ, ਦੋਨੇ ਜੋੜ ਕੇ ਬੈਠਾ, ਨੀਚੇ ਅੱਖਾਂ ਕੀਤੀਆਂ ਹੋਈਆਂ, ਧਿਆਨ ਨਾਲ ਗੱਲ ਸੁਣ ਰਿਹਾ, ਹੈ ਨਾ, ਇੱਕ ਚੀਜ਼ ਨੋਟਿਸ ਕਰਿਓ, ਬਾਹਲਾ ਰੁਕਾਂਗੇ ਨਹੀਂ, ਆਪਣੇ ਬਾਰੇ ਪਤਾ ਲੱਗੇ ਵੀ ਆਪਾਂ ਕੀ ਹਾਂ, ਆਪਣੀ ਪਰਸਨੈਲਿਟੀ ਕੀ, ਅਸੀਂ ਕੀ ਸੋਚ ਰਹੇ ਹਾਂ, ਸਾਡਾ ਨੇਚਰ ਕੀ ਆ, ਯਾਨੀ ਕਿ ਇੰਟਰਵਿਊ ਦਾ ਮਤਲਬ ਹੁੰਦਾ ਵੀ ਫੇਸ ਟੂ ਫੇਸ ਇੰਟਰੈਕਸ਼ਨ ਲੋਕਾਂ ਨਾਲ,
ਬੇਸਿਕਲੀ ਤੁਸੀਂ ਆਪਣੇ ਮਨ ਦੀ ਗੱਲ ਦੱਸ ਸਕਦੇ ਹੋ ਵੀ ਯਾਰ ਜੀ ਮੈਂ ਮੇਰੀ ਆਹ ਚੀਜ਼ ਹੈ ਮੇਰਾ ਸੁਭਾਅ ਇੱਦਾਂ ਦਾ ਮੈਂ ਇਹ ਸੋਚਣਾ ਜਦਕਿ ਮੈਂ ਇੰਟਰਵਿਊਜ਼ ਮੈਂ ਤਾਂ ਜ਼ਿਆਦਾ ਨਹੀਂ ਕਰਦਾ ਕਿਉਂਕਿ ਮੈਂ ਸਾਰਾ ਕੁਝ ਗਾਣਿਆਂ 'ਚ ਦੱਸ ਦਿੰਦਾ ਫਿਰ ਮੇਰੀ ਕੀ ਥਿੰਕਿੰਗ ਤੇ ਮੈਂ ਮੇਰਾ ਜਿਸ ਚੀਜ਼ ਲਈ ਸੀਰੀਅਸਲੀ ਸਿੱਧੂ ਦੇ ਗਾਣੇ ਆਪਦੀ ਲਾਈਫ ਤੇ ਸੀ ਅੱਜ ਪਤਾ ਲੱਗਦੇ ਆ ਕੱਲੀ ਕੱਲੀ ਚੀਜ਼ ਉਹਦੀ ਲਾਈਫ ਤੇ ਪਤਾ ਲੱਗ ਜਾਣਾ ਬੜੀਆਂ ਚੀਜ਼ਾਂ ਨੋਟਿਸ ਹੋਣ ਲੱਗ ਜਾਂਦੀਆਂ ਓਬਵੀਅਸਲੀ ਨੋਟਿਸ ਕਰਨ ਲੱਗ ਜਾਣਾ ਸੀ ਆਪਾਂ ਕਿ ਯਾਰ ਇਹਦੀ ਲਾਈਫ ਚਾਹ ਚੱਲਦਾ ਪਿਆ ਪ੍ਰੋਬਲਮ ਆ ਕੋਈ ਯਾਰ ਬੰਦਾ ਡਾਇਰੈਕਟ ਹੀ ਕਹਿੰਦਾ ਗਾਣੇ 'ਚ ਮੈਂ ਆਪਣੀ ਲਾਈਫ ਹੀ ਦਿਆਦਾ ਵੀ ਇੰਟਰਵਿਊ ਕਹਿੰਦਾ ਮੈਂ ਤਾਂ ਘੱਟ ਕਰਦਾ ਵਾਂ ਇੰਟਰਵਿਊ ਜਿਹੜੇ ਕਰਨ ਦਾ ਰੀਜ਼ਨ ਇਹੀ ਹੁੰਦਾ ਕਿ ਬੰਦਾ ਆਪਣੇ ਬਾਰੇ ਦੱਸਦਾ ਆਪਣੇ ਨੇਚਰ ਬਾਰੇ ਆਪਣੇ ਜੋ ਵੀ ਰਹਿਣ ਸਹਿਣ ਬਾਰੇ ਕਹਿੰਦਾ ਉਵੇਂ ਜੀ ਆਪਣੇ ਗਾਣਿਆਂ 'ਚ ਦੱਸਦਾ ਆਪਣੇ ਬਾਰੇ ਜਿਸ ਚੀਜ਼ ਬਾਕੀ ਹੋਰ ਪਤਾ ਨਹੀਂ ਲੱਗਦਾ ਉਸ ਵਾਰ ਮੈਨੂੰ ਨਹੀਂ ਲੱਗਦਾ ਵੀ ਇੰਨਾ ਜ਼ਿਆਦਾ ਵੀ ਇੰਟਰਵਿਊ ਦੀ ਲੋੜ ਹੈ ਜਾਂ ਪਰ ਮੈਂ ਜਿੱਥੇ ਇੱਥੇ ਲੱਗਦਾ ਹੁੰਦਾ ਵੀ ਚਲੋ ਹੁਣ ਕਰ ਲੈਂਦੇ ਜਾਂ ਕੋਈ ਕੋਈ ਵਧੀਆ ਹੈ ਨਾ ਯਾਨੀ ਕਿ ਜਿੱਥੋਂ ਲੋਕਾਂ ਨੂੰ ਜ਼ਿਆਦਾ ਆਪਾਂ ਦੱਸ ਸਕਦੇ ਹਾਂ Oh, thank you. I know you've been busy the UK to see aaya UK da tour jo bhi dekhya aaya jo bhi lokan ne kiya aaya jo assi on social media te dekh rahe program bare yaar tusi ta patte hi chak de patake vaade UK de assi promote wali kripai te sare chaun walan da audience da pyar hai te jehda itthe houseful shows ja rahe ne utta mere mann ki beyond expectation da te bahut zyada pyar mere itthe da ਹਾਊਸਫੁੱਲ ਛੱਡ ਕੇ ਸੜਕਾਂ ਦੇ ਵਿੱਚ ਭੀੜ ਲੱਗੀ ਪਈ ਹੈ ਤੁਸੀਂ ਸੜਕਾਂ ਵੀ ਬੰਦ ਕਰਤੀਆਂ ਉਹ ਜਦੋਂ ਲੰਡਨ ਤਾਂ ਆ ਸੜਕ ਵਾਲਾ ਕੰਮ ਹੀ ਹੋ ਜਾਂਦਾ ਸੋ ਜਦੋਂ ਆਈ ਥਿੰਕ ਤਕਰੀਬਨ ਸਾਰਿਆਂ ਨੂੰ ਪਤਾ ਤੁਹਾਡੀ ਸ਼ੁਰੂਆਤ ਬਾਰੇ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਮਰਜ਼ੀ ਕੋਈ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਸਕਦਾ ਆ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਬਾਰੇ ਕਿ ਤੁਹਾਡੇ ਜਿਹੜੇ ਮਿਊਜ਼ਿਕ ਦੇ ਜਿਹੜੇ ਆਈਡਲਸ ਹੁੰਦੇ ਸੀ ਕਿਹੜੇ ਕਿਹੜੇ ਸੋਚਦੇ ਸੁਣਦੇ ਹੁੰਦੇ ਸੀ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਤੁਸੀਂ ਜੁੜ ਕੇ ਬੈਠੇ ਆ ਛੋਟੇ ਹੁੰਦੇ ਨੂੰ ਤੁਸੀਂ ਕਿਸ ਤਰ੍ਹਾਂ ਦਾ ਮਿਊਜ਼ਿਕ ਕਿਹੜੇ ਕਲਾਕਾਰ ਕਿਹੜੇ ਗੀਤ ਪਸੰਦ ਕਰਦੇ ਹੁੰਦੇ ਸੀ ਯਾਨੀ ਕਿ ਮੈਨੂੰ ਹਮੇਸ਼ਾ ਇੰਟਰਸਟ ਉਹ ਵੀ ਪੰਜਾਬ ਦੇ ਵਿੱਚ ਯਾਨੀ ਕਿ ਜਦੋਂ ਮੈਂ ਥੋੜ੍ਹਾ ਬਹੁਤ ਸੁਰ ਸੰਭਾਲੀ ਸੀਗੀ ਮੈਂ ਛੇਵੀਂ ਸੱਤਵੀਂ ਦੇ ਵਿੱਚ ਸੀਗਾ ਜਦੋਂ ਮੈਨੂੰ ਇਹ ਚੀਜ਼ਾਂ ਦਾ ਪਤਾ ਲੱਗਣ ਲੱਗਿਆ ਸੀ ਵੀ ਹਿਪ ਹੋਪ ਕੀ ਹੈ ਮਾੜਾ ਮੋਟਾ ਜਾਂ ਵੀ ਸਾਡੀ ਕਮਿਊਨਿਟੀ ਤੋਂ ਇਲਾਵਾ ਵੀ ਸਿੰਗਰ ਹੈਗੇ ਨੇ ਹੈ ਨਾ ਵੀ ਸਿੰਗਿੰਗ ਵੀ ਹੋਰ ਵੀ ਜਿਹੜਾ ਇਹ ਟੈਲੈਂਟ ਹੈਗਾ ਵੀ ਇਹ ਇਕੱਲਾ ਪੰਜਾਬ 'ਚ ਨਹੀਂ ਹੈਗਾ ਅਤੇ ਯਾਨੀ ਕਿ ਇਹਦੀਆਂ ਹੋਰ ਵੀ ਯਾਨੀ ਕਿ ਟਾਈਪਸ ਹੈਗੀਆਂ ਨਾ ਅਤੇ ਹੌਲੀ ਫਿਰ ਉਹ ਤੋਂ ਬਾਅਦ ਰੈਪ ਮਿਊਜ਼ਿਕ ਬਾਰੇ ਪਤਾ ਲੱਗਿਆ ਸਾਰਾ ਕੁਛ ਅਤੇ ਯਾਨੀ ਕਿ ਫੇਵਰੇਟ ਮੈਂ ਜਦੋਂ ਹਮੇਸ਼ਾ ਹੀ ਗੱਲ ਕਰਦਾ ਹੁੰਦਾ ਅੱਜ ਕੱਲ੍ਹ ਤਾਂ ਟਰੈਂਡ ਹੀ ਹੋ ਗਿਆ ਸਾਰੇ ਹੀ ਕਹਿੰਦੇ ਮੈਨੂੰ ਟੂਪਾਕ ਸ਼ਕੂ ਬਹੁਤ ਵਧੀਆ ਲੱਗਦਾ ਚੀਜ਼ਾਂ ਨੇ ਵੀ ਲੋਕ ਉਹਨਾਂ ਚੀਜ਼ਾਂ ਪਿੱਛੇ ਜਾਣ ਲੱਗ ਗਏ ਔਰ ਮੇਰਾ ਛੋਟੇ ਹੁੰਦੇ ਦਾ ਇੱਧਰ ਰੁਝਾਨ ਸੀਗਾ ਤੇ ਮੈਨੂੰ ਸੀਰੀਅਸਲੀ ਇਹ ਗੱਲ ਸੱਚ ਆ ਜਦੋਂ ਦਾ ਸਿੱਧੂ ਨੇ ਕਿਹਾ ਹੈ ਨਾ ਵੀ ਮੇਰਾ ਟੂਪਾਕ ਫੇਵਰੇਟ ਆ ਟੂਪਾਕ ਸਾਰੇ ਮੇਰਾ ਟੂਪਾਕ ਹੈ ਨਾ ਹਾਂ ਨਿਪਸੀ ਸਾਡਾ ਨਿਪਸੀ ਫੇਵਰੇਟ ਆ ਸਹੀ ਆ ਫਿਰ ਸਨੀ ਮਾਰਟਨ ਉਹਨਾਂ ਨੇ ਆਪਣੇ ਚੱਲ ਸਿੱਧੂ ਦਾ ਪ੍ਰਮੋਟ ਨਹੀਂ ਕਰਦਾ ਸੀ ਡਰਿੰਕ ਦਾ ਕੋਈ ਵੀ ਨਸ਼ੇ ਨੂੰ ਹੈ ਨਾ ਬਟ ਸਨੀ ਮਾਰਟਨ ਉਹਨੇ ਗੱਲ ਕਰ ਦਿੰਦੇ ਸੀ ਹੈਨੇਸੀ ਦੀ ਪੀਂਦੇ ਜ਼ਿਆਦਾ ਹੈਨੇਸੀ ਸੂਟਾਂ ਨਹੀਂ ਮੈਂ ਲਾਉਂਦਾ ਪਰ ਪੀਂਦਾ ਜ਼ਿਆਦਾ ਹੈਨੇਸੀ ਹੈ ਨਾ ਦੈਨ ਫਿਰ ਹੈਨੇਸੀ ਹੋਣ ਲੱਗ ਪਈ ਸਹੀ ਆ ਮਤਲਬ ਇੱਕ ਟਰੈਂਡ ਹੀ ਚਲਾ ਦੇ ਜਿੱਦਾਂ ਜਿੱਦੇ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾ ਕਿ ਮੈਂ ਵਿਆਹ 'ਤੇ ਆਪਣੇ ਜਾਂ ਜਿੱਦੇ ਮੇਰਾ ਦਿਲ ਕੀਤਾ ਵੀ ਮੇਰੇ ਫੰਕਸ਼ਨਾਂ 'ਤੇ ਮੈਂ ਲਾਹ ਵੀਰੇ ਦਾ ਅਖਾੜਾ ਲਵਾਊਂਗਾ ਅਤੇ ਗਾਣੇ ਦੇ ਵਿੱਚ ਮਾਫੀਆ ਸਟਾਈਲ 'ਚ ਇਹ ਗੱਲ ਕਹੀ ਸੀ ਉਹ ਤੋਂ ਬਾਅਦ ਲੋਕਾਂ ਨੇ ਬੜੇ ਆਰਟਿਸਟ ਆ ਲਾਹ ਵੀਰੇ ਨਾਲ ਕਲੈਪਾਂ ਕਰਨ ਲੱਗ ਪਏ ਸੀ ਜਾ ਕੇ ਮਿਲਣ ਲੱਗ ਗਏ ਨਾਮੀ ਆਰਟਿਸਟ ਜਿਹੜੇ ਸੀਗੇ ਆਪਣੇ ਆਪ ਨੂੰ ਜਿਹੜੇ ਘੈਂਟ ਮੰਨਦੇ ਉਹ ਤਾਂ ਚੀਜ਼ਾਂ ਸਾਰਾ ਨੋਟ ਕੀਤੀ ਉਹਦੇ ਵੀ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਲਾਹ ਵੀਰੇ ਵੀ ਜਾ ਵੀਰੇ ਕੋਲ ਜਾਣਾ ਸਾਰਾ ਸਰਪ੍ਰਾਈਜ਼ ਹੈਗੇ ਕਿ ਕਿੱਦਾਂ ਤਾਲਮੇਲ ਹੋ ਗਿਆ ਪਰ ਸਭ ਤੋਂ ਪਹਿਲਾਂ ਇਸ ਬੰਦੇ ਨੇ ਗੱਲ ਕੀਤੀ ਸਹੀ ਗੱਲ ਆ ਬਈ ਅਸੀਂ ਕੋਈ ਪੰਜਾਬੀ 뮤직 ਦੇ ਵਿੱਚ ਹਿਪ ਹੌਪ ਥੋੜਾ ਜਿਹਾ ਆਉਣਾ ਚਾਹੀਦਾ ਹੈ ਨਾ ਯਾਨੀ ਕਿ ਉਹ ਸਿਰਫ ਕੱਲਾ ਰੈਪ ਜਾਂ ਉਹਦੇ ਸਿਰਫ ਉਹਦੇ 'ਚ ਨਹੀਂ ਆਉਣਾ ਚਾਹੀਦਾ ਵੀ ਪੰਜਾਬੀ 'ਚ ਰੈਪ ਹੋਵੇ ਜਾਂ ਕੁਝ ਹੋਰ 뮤직 'ਚ ਵੀ ਹਿਪ ਹੌਪ ਆਉਣਾ ਚਾਹੀਦਾ ਯਾਨੀ ਕਿ ਜਿਵੇਂ ਤੁਹਾਡੇ ਇੱਥੋਂ ਹੀ ਰੈਲੀ ਸਟਾਰਟ ਹੋਇਆ ਤਾਂ ਕਾਲਾ ਸਕੂਲ ਨੇ ਨਾ ਉਹ ਯਾਨੀ ਕਿ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਪਹਿਲਾਂ ਕਿਸੇ ਨੇ ਆ ਯਾਨੀ ਕਿ ਹਿਪ ਹੌਪ ਸਟਾਈਲ ਉਹ ਲਿਆਂਦਾ ਪੰਜਾਬੀ 뮤직 'ਚ ਉਦੋਂ ਬਾਅਦ ਸਾਰੀਆਂ ਚੀਜ਼ਾਂ ਸਟਾਰਟ ਹੋਈਆਂ ਅਤੇ ਯਾਨੀ ਕਿ ਮੈਂ ਸ਼ੁਰੂ ਤੋਂ ਜਿਵੇਂ ਹੋਈ ਸੀ ਰਾਇਲ ਸਪੋਰਟ ਮੈਨੂੰ ਯਾਦ ਹੈ ਮੈਂ ਆਪ ਕੈਸਟ ਖਰੀਦ ਕੇ ਲੈ ਕੇ ਆਇਆ ਸੀ ਮੈਨੂੰ ਇੰਨੀ ਸੈਂਸ ਨਹੀਂ ਸੀਗੀ ਵੀ ਇਹ ਚੀਜ਼ ਕੀ ਆ ਹੁਣ ਉਹ ਚੀਜ਼ਾਂ ਪਤਾ ਲੱਗਦੀ ਹੈ ਵੀ ਉਹ ਪੰਜਾਬੀ ਵਰਜ਼ਨ ਸੀ ਹਿਪ ਹੌਪ ਦਾ ਉਸ ਤਰ੍ਹਾਂ 뮤직 ਦੇ ਵਿੱਚ ਅਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਲੋਕ ਪਿਆਰ ਵੀ ਕਰ ਰਹੇ ਨੇ ਹੁਣ ਜੇ ਤੁਸੀਂ ਉੱਚੀਆਂ ਗੱਲਾਂ ਸੁਣੋਗੇ ਉਹਦੀ ਰਾਈਮਿੰਗ ਲਾਈਕ ਜਿਵੇਂ ਆਪਾਂ ਰੈਪ ਚੱਲ ਰਿਹਾ ਹੁੰਦਾ ਉੱਦਾਂ ਨਹੀਂ ਹੈ ਨਾ ਅਤੇ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜਾ ਸੀਰੀਅਸਲੀ ਟੇਸਟ ਲੋਕ ਹਿਪ ਹੌਪ ਜਾਂ ਅਮੈਰੀਕਨ ਹਿਪ ਹੌਪ 'ਚੋਂ ਲੱਭ ਰਹੇ ਨੇ ਉਹ ਸਾਡੇ ਪੰਜਾਬੀ ਗਾਣਿਆਂ 'ਚ ਵੀ ਮਿਲ ਰਹੇ ਨੇ ਆਈ ਥਿੰਕ ਜਿਸ ਤਰ੍ਹਾਂ ਤੁਸੀਂ ਟੂਪਾਕ ਬਾਰੇ ਕਿ
सिद्धू की कापी जो इंटरव्यू लगे मेन तक नहीं लगे यार सिद्धू की कापी ना मेनू कोई आवाज कापी लगी जो बाकी देख दो ना बारे चैनल ਵਾਕਈ ਕਹਿਣਾ ਨਹੀਂ ਚਾਹੀਦੀ ਪਰ ਉਹ ਅਨਪੜ੍ਹ ਦੱਸ ਦਿੰਦੇ ਆ ਓਬਵੀਅਸਲੀ ਓਬਵੀਅਸਲੀ ਉਹਨਾਂ ਨੇ ਕੀ ਕਰੀ ਜਾਂਦੇ ਯਾਰ ਮੈਂ ਦੇਖੀ ਸੀ ਬਿੱਲਾ ਸਿੱਧੂ ਘੁੰਮਣ ਬਾਈ ਦੀ ਇੰਟਰਵਿਊ ਉਹ ਬੰਦੇ ਨੇ ਗੱਲ ਕੀਤੀ ਜੀ ਵੀ ਇਦਾਂ ਇਦਾਂ ਕਰਕੇ ਵੀ ਯਾਰ ਬੰਦਾ ਕੋਈ ਸਿੱਧੂ ਬਾਈ ਦੀ ਕਾਪੀ ਇਦਾਂ ਕਹਿੰਦੇ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਸਿੱਧੂ ਬਾਈ ਨਾ ਤਾਂ ਕਦੇ ਮਹਾਲੀ ਰਿਹਾ ਵਾ ਵੈਸੇ ਆਪਾਂ ਤੂੰ ਵੀ ਨਹੀਂ ਦੇਖੀ ਮੈਂ ਤਾਂ ਆਪ ਨਹੀਂ ਦੇਖੀ ਕੋਈ ਫੋਟੋ ਮਾਤਾ ਮਾਤਾ ਨੇ ਵੀ ਕਿਹਾ ਕਹਿੰਦੇ ਜਾਂਦਾ ਜ਼ਰੂਰ ਸੀ ਚਾਹੇ ਰੰਦ ਦੋ ਵਜਣ ਆਉਂਦਾ ਘਰੇ ਬਸ ਘਰੇ ਹੀ ਹੁੰਦਾ ਜੀ ਤੇ ਫੋਟੋ ਵੀ ਨਹੀਂ ਦੇਖੀ ਮੈਂ ਉਸ ਬੰਦੇ ਨੇ ਇੱਕ ਫੋਟੋ ਦੇਖੀ ਉਹ ਤਾਂ ਦੂਜੀ ਜਿਵੇਂ ਤੁਰਦੇ ਫਿਰਦੇ ਵਾਲੀ ਖਿੱਚ ਲਈ ਧੱਕੇ ਨਾਲ ਗੱਪਾਂ ਆਡੀਆਂ ਨੇ ਯਾਰ ਇਹ ਇੰਟਰਵਿਊ ਲੈਣ ਵਾਲਾ ਨੂੰ ਚਾਹੀਦਾ ਬਿਨਾ ਮਤਲਬ ਚਾਹੀਦੇ ਬੰਦੇ ਦੀ ਲੋੜ ਚਾਹੀਦੀ ਤੁਹਾਨੂੰ ਗੱਲ ਸਿਖਾ ਸਕੇ ਬਿਲਕੁਲ ਬਿਲਕੁਲ ਕੋਈ ਸਿਆਣੇ ਬੰਦੇ ਦੀ ਲੋੜ ਉਹਨਾਂ ਦੀ ਲੋ ਜਿਨ੍ਹਾਂ ਕੋਲੇ ਸਿੱਧੂ ਬਾਈ ਸਾਰੀ ਦੁਨੀਆਂ ਨੂੰ ਪਤਾ ਉੱਥੇ ਛੱਪੜ ਕੋਲੇ ਬੈਠਾ ਹੁੰਦਾ ਮੰਜੇ ਦੇ ਪਿੰਡ ਚੋਂ ਜਾ ਕੇ ਬੰਦੇ ਆਪਣਾ ਦਾਦੇ ਦੀ ਆਪਣੇ ਦਾਦੇ ਨਾਲ ਬੈਠਾ ਹੁੰਦਾ ਸੀਗਾ ਇਹ ਕੀ ਸ਼ਗਲਾ ਮਿਲਦੀ ਤੁਹਾਡੀ ਅੱਗੋ ਗੱਪਾਂ ਮਾਰੀ ਜਾਂਦਾ ਵਿੱਚ ਪ੍ਰਮੋਸ਼ਨਾਂ ਕਰੀ ਜਾਂਦਾ ਮੇਰੀ ਆਈਡੀ ਆ ਵਾ ਮੇਰਾ ਫੋਨ ਨੰਬਰ ਆ ਵਾ ਮੇਰੇ ਨਾਲ ਫਿਲਮ ਆਉਣੀ ਸੀ ਬਾਈ ਦੀ ਮੈਨੂੰ ਥ੍ਰੈਟਸ ਆਉਣ ਲੱਗ ਗਈਆਂ ਯਾਰ ਮਤਲਬ ਇਦਾਂ ਦੀ ਕੋਈ ਫਿਲਮ ਫਾਲਮ ਕੋਈ ਜਵਾਬ ਦੇ ਕੇ ਵੀ ਕਹੋਗੇ ਬੇਵਕੂਫ ਬਣਾ ਰਿਹਾ ਕਿਉਂਕਿ ਬਿੱਲੇ ਹੁਣੀ ਬਿੱਲੇ ਬਾਈ ਹੁਣੀ 24 ਘੰਟੇ ਨਾਲ ਹੀ ਰਹਿੰਦੇ ਸੀ ਸਿੱਧੂ ਬਾਈ ਦੇ ਸਹੀ ਆ ਉਹਨਾਂ ਨੂੰ ਤਾਂ ਬਾਈ ਦਾ ਕੱਲੀ ਕੱਲੀ ਯਾਰ ਦੋਸਤ ਦਾ ਪਤਾ ਹੋਣਾ ਓਬਵੀਅਸਲੀ ਸਹੀ ਆ ਉਹਨਾਂ ਦੇ ਮੂੰਹ ਨਹੀਂ ਕਦੇ ਸੁਣਿਆ ਸੋ ਕੋਈ ਆਰਟਿਸਟ ਲੈ ਲਓ ਜੇ ਇੰਗਲੈਂਡ ਦੇ ਵੀ ਜਿਵੇਂ ਪੱਲੇ ਆ ਉਹ ਸੁਰਾ ਲੱਗਦੀਆਂ ਨੀ ਪਰ ਸੜਕ ਕਹਿੰਦਾ ਹਾਂ ਮੈਂ ਮਾਨਕ ਸਾਹਿਬ ਨੂੰ ਸੁਣ ਕੇ ਇੱਥੇ ਤੱਕ ਪਹੁੰਚਿਆ ਆ ਹਿਪ ਹੋਪ ਆਰਟਿਸਟ ਵੀ ਇੱਦਾਂ ਹੀ ਕਰ ਮੈਂ ਟੂਪਾਕ ਨੂੰ ਸੁਣ ਕੇ ਇੱਥੇ ਤੱਕ ਪਹੁੰਚਿਆ ਪਰ ਜਿਹੜਾ ਜਿਹੜਾ ਤੁਹਾਡਾ ਪਿਆਰ ਆ ਉਹਨਾਂ ਦੇ ਗੀਤਾਂ ਦੇ ਨਾਲ ਉਹਨਾਂ ਬਾਰੇ ਕੀ ਸੀ ਕੀ ਖਾਸ ਗੱਲ ਸੀ ਟੂਪਾਕ ਬਾਰੇ ਜਿਹੜੇ ਸੁਣ ਕੇ ਤੁਸੀਂ ਉਹਨਾਂ ਦੇ ਦੀਵਾਨੇ ਹੋ ਗਏ ਮੈਂ ਪਹਿਲਾਂ ਤਾਂ ਮੈਨੂੰ ਐਜ਼ ਆ ਮੈਂ ਲਿਸਨਰ ਯਾਨੀ ਕਿ ਨੋਰਮਲੀ ਜਿੱਦਾਂ ਆਪਾਂ ਕਿਸੇ ਨੂੰ ਸੁਣ ਰਹੇ ਹੁੰਦੇ ਹਾਂ ਪਰ ਜਦੋਂ ਆਪਾਂ ਕਹਿੰਦੇ ਵੀ ਸਰਚ ਕਰਦੇ ਹਾਂ ਬੰਦੇ ਜਿਹੜਾ ਵੀ ਉਹ ਕਿਵੇਂ ਸੀ ਜਾਂ ਕਿਵੇਂ ਉਹਦੀਆਂ ਸਟੋਰੀਜ਼ ਪਤਾ ਲੱਗਦੀਆਂ ਹਨ ਆਪਾਂ ਅਤੇ ਆਪਣਾ ਕੰਸਰਨ ਵੱਧਦਾ ਜਾਂਦਾ ਇਹਨਾਂ ਨਾਲ ਅਤੇ ਉਹਦੀਆਂ ਪਰਸਨਲ ਲਾਈਫ ਸਟੋਰੀਜ਼ ਵੀ ਉਹਨੇ ਐਕਚੁਅਲੀ ਕੀ ਗੱਲ ਹੈ ਕਿ ਕੋਈ ਖਾਸ ਮੂੰਹ ਨਹੀਂ ਹੁੰਦਾ ਹਰੇਕ ਅਤੇ ਉਹ ਇੱਕ ਬੰਦਾ ਸਟਰਗਲ ਕੀਤੀ ਸੀ ਇਹਨੇ ਹੈ ਨਾ ਯਾਨੀ ਕਿ ਉਹਨੇ ਵੀ ਉੱਥੋਂ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਕਿਤੇ ਨਾ ਕਿਤੇ ਅਸੀਂ ਵੀ ਮੈਂ ਵੀ ਮਿਡਲ ਕਲਾਸ ਫੈਮਿਲੀ ਤੋਂ ਹਾਂ ਜੇ ਮੈਂ ਸੋਚਾਂ ਵੀ ਮੈਂ ਉੱਥੋਂ ਸਟਾਰਟ ਹੋ ਗਿਆ ਜੇ ਮੈਂ ਆਪਣੀ ਲਾਈਫ ਸਿਮਿਲਰ ਜੀ ਹੁੰਦੀ ਹੈ ਨਾ ਵੀ ਏਦਾਂ ਦਾ ਸਟਰਗਲ ਹੁੰਦਾ ਨਾ ਪਰ ਵੀ ਮੈਂ ਤਾਂ ਹਜੇ ਫਿਰ ਵੀ ਬਹੁਤ ਵੀ ਉਹਦਾ ਸਟਰਗਲ ਕਾਫੀ ਸੀ ਇੰਡੀਆ ਦੇ ਵਿੱਚ ਜੇ ਤੁਸੀਂ ਹਿਪ ਹੋਪ ਸੁਣਦੇ ਹੁੰਦੇ ਸੀ ਉਹਨਾਂ ਦੇ ਗੀਤ ਸੁਣਦੇ ਹੁੰਦੇ ਸੀ ਵੱਖਰੇ ਵੱਖਰੇ ਕਲਾਕਾਰਾਂ ਦੇ ਅੱਜ ਦਾ ਹੁਣ ਤੁਹਾਡਾ ਯੂਨੀਕ ਸਟਾਈਲ ਹੈ ਗਾਉਣ ਦਾ ਤੁਸੀਂ ਉਹ ਚੀਜ਼ ਇੰਡੀਆ ਵੀ ਕਰਦੇ ਹੁੰਦੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਹੀ ਨਹੀਂ ਇੰਡੀਆ ਤਾਂ ਯਾਨੀ ਕਿ ਨਹੀਂ ਸੀਗਾ ਕੁਛ ਉਹ ਹੁੰਦਾ ਨਾ ਵੀ ਜਦੋਂ ਆਪਾਂ ਕੋਈ ਲਿਖਣੀ ਅਤੇ ਗਾਉਣੀ ਡਿਪੈਂਡ ਕਰਦੀ ਉੱਥੋਂ ਦੀ ਐਟਮੋਸਫੇਅਰ 'ਤੇ ਹੈ ਨਾ ਆਸੇ ਪਾਸੇ ਤੁਹਾਡੇ ਇਨਵਾਇਰਮੈਂਟ ਕਿਹੋ ਜਿਹਾ ਤੁਸੀਂ ਕੀ ਸੁਣਦੇ ਅਤੇ ਇੰਡੀਆ ਤਾਂ ਚਲੋ ਮੁੰਡਿਆਂ ਨੂੰ ਮਿਲ ਕੇ ਬਿਗ ਜਿਹੜੀ ਮੈਂ ਸੁਣਦਾ ਹੁੰਦਾ ਸੀ ਕੁਛ ਕਰਨਾ ਚਾਹੁੰਦਾ ਸੀ ਹੁਣ ਮੈਂ ਕਰ ਸਕਦਾ ਹਾਂਜੀ ਭਾਜੀ ਉਹ ਜੀ ਹੁਣ ਮੇਰਾ ਸਰਕਲ ਹੀ ਸਾਰਾ ਇੱਦਾਂ ਦਾ ਜੀ ਬਰਡ ਹੋ ਗਿਆ ਸਨੀ ਹੋ ਗਿਆ ਵੀ ਉਹ ਚੀਜ਼ਾਂ ਮੈਂ ਵੀ ਸਿੱਖ ਕੁਛ ਚੀਜ਼ਾਂ ਉਹਨਾਂ ਨੇ ਮੇਰੇ ਤੋਂ ਅਡੋਪਟ ਕੀਤੀਆਂ ਕੁਛ ਮੈਂ ਉਹਨਾਂ ਤੋਂ ਅਡੋਪਟ ਕੀਤੀਆਂ ਅਤੇ ਹੁਣ ਉਹ ਵੀ ਪੰਜਾਬੀ ਚ ਰੈਪ ਕਰਦੇ ਗਏ ਅਤੇ ਸਨੀ ਪੰਜਾਬੀ ਚ ਰੈਪ ਕਰਦਾ ਪਹਿਲਾਂ ਤਾਂ ਸੋਹਣੀ ਨਹੀਂ ਕਹਿੰਦਾ ਮੈਂ ਇੱਥੋਂ ਸਿੱਖਿਆ ਕਿ ਉਹ ਚੀਜ਼ਾਂ ਸੱਚ ਬੋਲਦੀਆਂ ਬਈ ਜੀ ਗੱਲ ਇਹ ਆ ਸਿੱਧੂ ਬਾਈ ਪਹਿਲਾ ਬੰਦਾ ਜਿਹਨੇ ਨਾਲ ਜਿਹੜੇ ਮਿਊਜ਼ਿਕ ਡਾਇਰੈਕਟਰ ਉਹਨਾਂ ਨੂੰ ਪ੍ਰੋਪਰ ਨਾਲ ਮੈਂਸ਼ਨ ਕੀਤਾ ਹਰ ਇੱਕ ਜਗ੍ਹਾ ਤੇ ਲਾਈਵ ਸ਼ੋਅ ਹੋਵੇ ਇੰਟਰਵਿਊਜ਼ ਹੋਵੇ ਕਿਤੇ ਵੀ ਹੋਵੇ ਹਰ ਇੱਕ ਜਗ੍ਹਾ ਤੇ ਬੰਦੇ ਨੇ ਮੈਂਸ਼ਨ ਕੀਤਾ ਨਾਲ ਲੈ ਕੇ ਜਾਂਦਾ ਰਿਹਾ ਸਹੀ ਆ ਕੋਈ ਆਰਟਿਸਟ ਹੁਣ ਤੱਕ ਵੀ ਦਿਖਾ ਦੋ ਕਿ ਲਾਈਵ ਸ਼ੋਅ ਤੇ ਆਪਣੇ ਜਿਹੜੇ 뮤직 ਕਰਦੇ ਉਹਨਾਂ ਨੂੰ ਲੈ ਕੇ ਜਾਂ ਨਹੀਂ ਲੈ ਕੇ ਨਹੀਂ ਲੈ ਕੇ ਜਾਂਦੇ ਯਾਰ ਅਗਲਾ ਕਹਿੰਦਾ ਕਿ ਬਰਾਬਰ ਰੱਖਿਆ ਲੈਂਦੇ ਬਰਾਬਰ ਆਪਾਂ ਕਿਸੇ ਟਾਈਮ ਗਾਣੇ ਸੁਣਦੇ ਹੁੰਦੇ ਸੀ ਉਸ ਟਾਈਮ ਹੁੰਦਾ ਸੀ ਵੀ ਗਰੂਜ਼ ਹਾਂ ਸਹੀ ਆ ਉਹ ਬੰਦਾ ਆਉਂਦਾ ਸੀ ਗਾਣਿਆਂ ਦੇ ਵਿੱਚ ਕਦੇ ਕਦੇ ਲੈ ਦਿੰਦੇ ਉਹਨੂੰ ਗਾਣੇ ਉਹ ਵੀ ਆਪ ਹੀ ਕਹਿੰਦਾ ਹੋਣਾ ਕਿ ਮੈਂ ਗਾਣਿਆਂ ਦਾ 뮤직 ਕੀਤਾ ਤੇ ਮੈਂ ਗਾਣੇ ਚਾਹੂੰਗਾ
ਇੱਕ ਉਹਨੇ ਮਤਲਬ ਥੀਮ ਜਿਹਾ ਚਲਾਇਆ ਸੀ ਨਾ ਇਹ ਮੁੜਕ ਨੇ ਕਹਿ ਦਿੱਤਾ ਕਹਿੰਦਾ ਮੈਂ ਆਪਦੇ ਗਾਣੇ ਕਰੂੰ ਹਾਂ ਫਿਰ ਉਹ ਆਪਦੇ ਕੰਮ ਕਰਨ ਲੱਗ ਗਿਆ ਸੀ ਫਿਰ ਉਹ ਸਹੀ ਹੁਣ ਸਿੱਧੂ ਬਾਈ ਦੀ ਲਾਈਫ ਤੋਂ ਕੀ ਤਾਂ ਹੀ ਕਹਿੰਦੇ ਹੁੰਦੇ ਆ ਕਿ ਇੰਸਪਾਇਰ ਹੋਣ ਵਾਲੀਆਂ ਬਹੁਤ ਚੀਜ਼ਾਂ ਨੇ ਉਹ ਇਹੀ ਨੇ ਕਿ ਦੋ ਘਰਾਂ ਵਾਲੇ ਦੋ ਕਮਰੇ ਵਾਲੇ ਮਕਾਨ ਤੋਂ ਮੈਂ ਕਿੱਥੋਂ ਉੱਠ ਕੇ ਅੱਜ ਯੂਕੇ ਬੈਠਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਅਤੇ ਬਹੁਤ ਮੁਸ਼ਕਿਲ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ ਸਟਰਗਲ ਬਹੁਤ ਆ ਅਤੇ ਫਿਰ ਵੀ ਬੰਦਾ ਇਹ ਗੱਲ ਕਹਿ ਰਿਹਾ ਕਿ ਮੇਰਾ ਸਟਰਗਲ ਕੁਛ ਨਹੀਂ ਆ ਟੂਪਾਕ ਉਹਨਾਂ ਦਾ ਜੋ ਸਟਰਗਲ ਸੀ ਗੱਲ ਇਹ ਆ ਕਿ ਸਿਮਿਲੈਰਿਟੀ ਦੀ ਗੱਲ ਹੋਈ ਹੈ ਜਿਹੜੀ ਸਿਮਿਲੈਰਿਟੀ ਦੀ ਗੱਲ ਇਹ ਹੋਈ ਆ ਠੀਕ ਆ ਸਿੱਧੂ ਬਾਈ ਠੀਕ ਆ ਬੰਦਾ ਡਾਊਨ ਟੂ ਅਰਥ ਹੈ ਬੰਦਾ ਆਪਣੇ ਮੂੰਹੋਂ ਨਹੀਂ ਕਹਿ ਰਿਹਾ ਆਪਾਂ ਨੋਟਿਸ ਕੀਤੀ ਆ ਤਾਂ ਦੱਸਦੇ ਪਏ ਹਾਂ ਸਿੱਧੂ ਬਾਈ ਅਤੇ ਟੂਪਾਕ ਦੀ ਸਿਮਿਲੈਰਿਟੀ ਇਹ ਸੀਗੀ ਕਿ ਉਹ ਵੀ ਆਪਣੀ ਕਮਿਊਨਿਟੀ ਲਈ ਕੰਮ ਕਰਨਾ ਚਾਹੁੰਦਾ ਸੀ ਅਤੇ ਖੜਦਾ ਸੀ ਸਿੱਧੂ ਬਾਈ ਦਾ ਵੀ ਸੇਮ ਸੀਗਾ ਕਿ ਆਪਣੀ ਕਮਿਊਨਿਟੀ ਲਈ ਕਰਨਾ ਆਪਣੇ ਏਰੀਏ ਨੂੰ ਡਿਵੈਲਪ ਕਰਨਾ ਸਹੀ ਆ ਜਿਹਨਾਂ ਨੇ ਤਾਂ ਅਨਸੋਲਡ ਦੇਖ ਲਈ ਉਹ ਤਾਂ ਸਮਝ ਗਏ ਹੋਣੇ ਆ ਜ਼ਰੂਰ ਦੇਖੋ ਨੈੱਟਫਲਿਕਸ 'ਤੇ ਜਾ ਕੇ ਜ਼ਰੂਰ ਦੇਖੋ ਫਸਟ ਡੇ ਤੋਂ ਲੈ ਕੇ ਲਾਸਟ ਰਾਈਟ ਤੱਕ ਤੁਸੀਂ ਕਹੋਗੇ ਯਾਰ ਸਿੱਧੂ ਤੇ ਬਣੀ ਹੋਈ ਆ ਬਸ ਸਿਰਫ ਕਰੈਕਟਰ ਚੇਂਜ ਆ ਉਹਦੇ ਚ ਟੂਪਾਕ ਆ ਸਾਰੀ ਲਾਈਫ ਜੋ ਵੀ ਸਿੱਧੂ ਵਾਲੀ ਸਿਸਟਮ ਆ ਸਾਰਾ ਕੁਝ ਏ ਟੂ ਜ਼ੈਡ ਵਾਟ ਆਈ ਲਾਈਕ ਇਜ਼ ਓਬਵੀਅਸਲੀ ਇੱਥੇ ਬੀਬੀਸੀ ਦੇ ਪ੍ਰੋਗਰਾਮ ਕਰਦੇ ਆ ਨੂੰ 12 13 ਸਾਲ ਹੋ ਗਏ ਤੇ ਸਾਰੇ ਪਾਸੇ ਧਿਆਨ ਹੁੰਦਾ ਕਿ ਪੰਜਾਬੀ 뮤직 ਕਿਹੜੇ ਕਿਹੜੇ ਦੇਸ਼ਾਂ ਤੋਂ ਕਿਹੜੇ ਕਿਹੜੇ ਸਟਾਈਲਾਂ ਦੇ ਵਿੱਚ ਆ ਰਿਹਾ ਆ ਉਹਨਾਂ ਬਾਰੇ ਮੈਂ ਕਿਹਾ ਉਹਨਾਂ ਨੂੰ ਵੀ 10 ਸਾਲ ਹੋ ਗਏ ਕੋਸ਼ਿਸ਼ ਕਰਦਿਆਂ ਨੂੰ ਆਪਣਾ ਸਟਾਰ ਬਣਾਉਣ ਲਈ ਕੋਸ਼ਿਸ਼ ਕਰਨ ਲਈ ਕਿ ਇੰਪੈਕਟ ਸਾਡਾ ਕੁਛ ਹੋਵੇ ਹੁਣ ਜਿਹੜੀ ਤੁਹਾਡੀ ਜਿਹੜਾ ਤਿੰਨਾਂ ਦੀ ਜਿਹੜੀ ਹੁਣ ਜੋੜੀ ਬਣੀ ਆ ਅਤੇ ਹੁਣ ਉਹਨਾਂ ਲਈ ਵੀ ਕਲਿੱਕ ਹੋਇਆ ਆ ਤੁਸੀਂ ਸਟੂਡੈਂਟ ਤੌਰ 'ਤੇ ਆਏ ਸੀ ਕੈਨੇਡੇ ਇਹ ਤੁਹਾਡੀ ਤਿੰਨਾਂ ਦੀ ਮੁਲਾਕਾਤ ਕਿਦੋਂ ਹੋਣੀ ਤਿੰਨਾਂ ਦੀ ਬਸ ਉਹ ਕਹਿ ਰਹੇ ਹੁੰਦੇ ਨਾ ਵੀ ਜਿੱਥੇ ਚਾਹ ਉੱਥੇ ਆ ਤੁਹਾਡੀ ਇੰਗਲਿਸ਼ ਉਹਦੇ ਕੀ ਆ ਜਦੋਂ ਆਪਣੀ ਵਿਲ ਪਾਵਰ ਹੁੰਦੀ ਹੈ ਤਾਂ ਬੰਦੇ ਦੂਰੋਂ ਦੂਰੋਂ ਲੱਗ ਜਾਂਦੇ ਆ ਤੇ ਬਸ ਇੱਦਾਂ ਹੀ ਅਸੀਂ ਮਿਲੇ ਸੀਗੇ ਕਿਸੇ ਨਾ ਕਿਸੇ ਸਾਹਿਬ ਨੂੰ ਇੱਕ ਗਾਣੇ ਮਿਲੇ ਸੀ ਅਤੇ ਉਹ ਤੋਂ ਬਾਅਦ ਸਾਡੀ ਟੀਮ ਹੀ ਬਣ ਗਈ ਆਸਟ ਅੰਡਰਸਟੈਂਡਿੰਗ ਹੀ ਇੰਨੀ ਹੋਈ ਸਾਡੀ ਅਤੇ ਉਹਨਾਂ ਨੂੰ ਮੇਰਾ ਸਟਾਈਲ ਵਧੀਆ ਲੱਗਿਆ ਮੈਨੂੰ ਉਹਨਾਂ ਦਾ ਵਧੀਆ ਲੱਗਿਆ ਸਾਨੂੰ ਇਹ ਸੀਗਾ ਵੀ ਕੁਛ ਬਣੀ ਕਿਉਂ ਬੰਦਾ ਦਿਲਦਾਰ ਸਾਫ ਸੀ ਅਤੇ ਕੁਛ ਇਹ ਗੱਲ ਸੀਗੀ ਅਸੀਂ ਅੰਡਰਐਸਟੀਮੇਟ ਕੀਤੇ ਹੋਏ ਸੀ ਲੋਕਾਂ ਨੇ ਬਹੁਤ ਜ਼ਿਆਦਾ ਨੇ ਸੀਰੀਅਸਲੀ ਯਾਰ ਸੀਰੀਅਸਲੀ ਠੀਕ ਆ ਮਤਲਬ ਬੰਦੇ ਦੇ ਨਾ ਨੇਚਰ ਇਹਦਾ ਪਿਆਰ ਲੋਕਾਂ ਨਾਲ ਸਾਰਿਆਂ ਨਾਲ ਇੱਦਾਂ ਦਾ ਪੈ ਜਾਂਦਾ ਸੀਗਾ ਚਾਹੇ ਇੱਕ ਵਾਰ ਮਿਲਦੇ ਸੀ ਆਪਾਂ ਇਹ ਚੀਜ਼ ਦੇਖਦੇ ਹਾਂ ਇਹ ਤਾਂ ਜਿਹੜੇ ਨਾਲ ਕੰਮ ਕਰਦੇ ਉਹਨਾਂ ਨਾਲ ਪਿਆਰ ਸੀ ਜਿਹੜੇ ਦੂਜੇ ਜਿਵੇਂ ਆਪਣੇ ਤੁਹਾਡੇ ਮੇਰੇ ਅੱਗੇ ਭਰਾ ਭੈਣ ਮਿਲ ਜਾਂਦੇ ਉਹਨਾਂ ਨਾਲ ਹੀ 2 ਮਿੰਟ ਮਿਲਦਾ ਸੀ ਆਪਣਾ ਬਣਾ ਕੇ ਭੇਜਦਾ ਸੀ ਉਹਨਾਂ ਨੂੰ ਅਤੇ ਜਿਹਨਾਂ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਤਾਂ ਫਿਰ ਤੁਸੀਂ ਸੋਚ ਹੀ ਸਕਦੇ ਹੋ ਕਿੰਨੀ ਦਿਲ ਤੋਂ ਬੌਂਡਿੰਗ ਹੋਣੀ ਹੈ ਨਾ ਕਿੰਨਾ ਪਿਆਰ ਹੋਣਾ ਬੰਦੇ ਦਾ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ ਯਾਰ ਹਰ ਇੱਕ ਦੇ ਲਾਈਫ 'ਚ ਜਾਂ ਕਹਿ ਲਈਏ ਜਾਂ ਕੁਛ ਹੈ ਨਾ ਕਿ ਬੰਦੇ ਦਾ ਨੇਚਰ ਕਿੱਦਾਂ ਦਾ ਕਿੱਦਾਂ ਨਹੀਂ ਐਟੀਟਿਊਡ ਚੇਂਜ ਹੋ ਜਾਂਦਾ ਫੇਮ ਦੇ ਨਾਲ ਬਟ ਇਸ ਬੰਦੇ ਦਾ ਨਹੀਂ ਚੇਂਜ ਹੋਇਆ ਯਾਰ ਸਹੀ ਗੱਲ ਆ ਕਿਹੜੇ ਪੀਕ ਲੈਵਲ 'ਤੇ ਬੈਠਾ ਹੋਇਆ ਸੀ ਫਿਰ ਵੀ ਬੰਦਾ ਇੱਕ ਅੜ ਕੇ ਕੰਮ ਕੀਤਾ ਜਿਹੜਾ ਕੋਈ ਦਬਾਉਣ ਨੂੰ ਚਾਹੁੰਦਾ ਸੀ ਉਹਨੂੰ ਦਬਿਆ ਵੀ ਆਪ ਨਹੀਂ ਦਬਿਆ ਵਾ ਝੋਟਾ ਤੂੰ ਇਹ ਦੇਖ ਲਓ ਕਿੱਦਾਂ ਦਾ ਸਿਸਟਮ ਆ ਗਿਆ ਨਾ ਬੰਦਾ ਚੱਲ ਵੀ ਗਿਆ ਹਜੇ ਤੱਕ ਵੀ ਲੱਤਾਂ ਖਿੱਚ ਹੋ ਰਹੀਆਂ ਵਿੰਕ ਮਿਊਜ਼ਿਕ ਐਪ ਤੋਂ ਐਲਬਮ ਚੱਕਦੀ ਸਿੱਧੂ ਮੂਸੇਵਾਲੇ ਦੀ ਮੂਸਟੇ ਡਿਲੀਟ ਕਰਤੀ ਸਿਰਫ 295 ਗਾਣਾ ਰਹਿ ਗਿਆ ਵਿੰਕਸ ਮਿਊਜ਼ਿਕ ਹਾਂ ਐਪ ਇੱਕ ਬੜੇ ਲੋਕਾਂ ਨੇ ਸ਼ੇਅਰ ਕੀਤੀ ਆ ਅੱਛਾ ਉਹ ਵਿੰਕਸ ਮਿਊਜ਼ਿਕ ਓਕੇ ਓਕੇ ਏਅਰਟੈਲ ਦੀ ਐਪ ਆ ਉਹ ਹਾਂ ਐਲਬਮ ਚੱਕਦੀ ਏਅਰਟੈਲ ਦੀ ਐਪ ਆ ਵਿੰਕ ਉੱਚ ਐਲਬਮ ਚੱਕਦੀ ਬਹੁਤ ਚਰਚਾ ਹੋ ਰਿਹਾ ਹੁਣ ਸਟੋਰੀਆਂ 'ਚ ਲੋਕ ਪਾ ਰਹੇ ਨੇ ਸਿਰਫ 295 ਗਾਣਾ ਛੱਡਿਆ ਬਾਕੀ ਸਾਰੇ ਚੱਕਦੇ ਲੋਕਾਂ ਨੇ ਪਾਇਆ ਕਹਿੰਦਾ ਹੁਣ ਡਿਲੀਟ ਕਰਕੇ ਕੀ ਹੋਜੂ ਅਤੇ ਜਿਹੜਾ ਨਵਾਂ ਗਾਣਾ ਆਉਣਾ ਸੀਗਾ ਵੀ ਜਾਂਦੀ ਵਾਰ ਉਹਦੇ 'ਤੇ ਵੀ ਉਹ ਚੱਲ ਪਿਆ ਵਾ ਤਾਵਾ ਜਾਮਾ ਕਿ ਜਿਨ੍ਹਾਂ ਨੇ ਗਾਣਾ ਕਹਿੰਦੇ ਰਿਲੀਜ਼ ਕਰਨਾ ਸੀਗਾ ਵੀ ਫੈਮਿਲੀ ਤੋਂ ਕੋਈ ਪਰਮਿਸ਼ਨ ਨਹੀਂ ਲਈ ਦੈਨ ਵੀਡੀਓ ਆਈ ਕਿ ਗਾਣਾ ਰਿਲੀਜ਼ ਕਰਾਂਗੇ ਫੈਮਿਲੀ ਦੀ ਪਰਮਿਸ਼ਨ ਨਾ ਦੈਨ ਫਿਰ ਕੋਈ ਆਪਣੀ ਡੇਟ ਦੇ ਦਿੱਤੀ ਅਤੇ ਬੰਟੀ ਬੈਂਸ ਬਾਈ ਉਹਨਾਂ ਨੇ ਕੇਲਰੋਂ ਅਤੇ ਬਾਈ ਉਹਨਾਂ ਨੇ ਸਟੋਰੀ ਸ਼ੇਅਰ ਕੀਤੀ ਹੋਈ ਸੀਗੀ ਕਿ ਉਹਦੇ 'ਤੇ ਮਤਲਬ ਹੁਣ ਸਾਰੀਆਂ ਪੋਸਟਾਂ ਡਿਲੀਟ ਹੋ ਗਈਆਂ ਉਸ ਗਾਣੇ ਦੀਆਂ ਅਤੇ ਉਹ ਗਾਣੇ ਦਾ ਹੱਕ ਸਿਰਫ ਪਰਿਵਾਰ ਦਾ ਹੀ ਆ ਉਸ ਗਾਣੇ 'ਤੇ ਬਾਈ ਦੇ ਫਾਦਰ ਸਾਹਿਬ ਦਾ ਅਤੇ ਮਦਰ ਦਾ ਰਿਪੋਰਟ ਕਰੋ ਖੋਲਿਓ ਨਾ ਕਿਉਂਕਿ ਅਸੀਂ ਤੁਹਾਨੂੰ ਦੱਸ ਰਹੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕਿ ਉਹ ਗਾਣਾ ਨਹੀਂ ਆਉਣਾ ਉਹ ਗਾਣਾ ਨਹੀਂ ਆਉਣਾ ਕੋਈ ਪਤਾ ਨਹੀਂ ਸਾਲ ਲਾਵੇ 6 ਮਹੀਨੇ ਲਾਵੇ ਉਹ ਗਾਣਾ ਨਹੀਂ ਆਉਣਾ ਉਹ ਗਾਣਾ ਹੁਣ ਨਹੀਂ ਆਉਣਾ ਕਿਉਂਕਿ ਉਹਦੇ ਤੇ ਆਪਣਾ ਡੇਟ ਮਿਲੀ ਆ ਆਪਣਾ ਮਾਨਯੋਗ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਤਾ ਨਹੀਂ ਕਿੱਥੋਂ ਦੋਨਾਂ ਦੇ ਵਿੱਚੋਂ ਪਤਾ ਨਹੀਂ ਹਾਈ ਕੋਰਟ 'ਚੋਂ ਪਤਾ ਨਹੀਂ ਸੁਪਰੀਮ ਕੋਰਟ ਤੋਂ ਇਹ ਉੱਥੋਂ ਡੇਟ ਮਿਲੀ ਆ ਮੰਡੇ ਦੀ ਅਤੇ 5 ਤਰੀਕ ਦੀ ਡੇਟ ਮਿਲੀ ਆ ਅਤੇ ਉੱਥੇ ਉਹ ਡਿਸਕਸ਼ਨ ਹੋਊਗੀ ਉਸ ਬਾਰੇ ਅਤੇ ਉਹ ਗਾਣਾ ਨਹੀਂ ਆ ਰਿਹਾ
ਤੇ ਜੇ ਕੋਈ ਥੰਬਨੇਲ ਫੇਕ ਪਾ ਕੇ ਗਾਣੇ ਦਾ ਕਰੂਗਾ ਪ੍ਰਮੋਟ ਠੀਕ ਆ, ਉਹਦੀ ਰਿਪੋਰਟ ਕਰਿਓ ਠੀਕ ਆ, ਉਹਦੇ 'ਤੇ ਲੀਗਲ ਐਕਸ਼ਨ ਵੀ ਬਣੂਗਾ ਫੈਮਿਲੀ ਵੱਲੋਂ, ਫੈਮਿਲੀ ਲਊਗੀ ਵੀ। ਅਤੇ ਹੁਣ ਫੈਮਿਲੀ ਨੇ ਠੋਕ ਕੇ ਗੱਲ ਕਹਿਤੀ ਆ, ਜੇ ਕਿਸੇ ਨੇ ਵੀ ਲੀਕ ਗਾਣਾ ਪ੍ਰਮੋਟ ਕੀਤਾ ਉਹਦੇ 'ਤੇ ਲੀਗਲ ਕਾਰਵਾਈ ਹੋਊਗੀ, ਚਾਹੇ ਉਹ ਕੋਈ ਰਿਐਕਸ਼ਨ ਚੈਨਲ ਵਾਲਾ ਵਾ, ਚਾਹੇ ਉਹ ਕੋਈ ਵੀ ਆ ਰੀਲਾਂ ਰੂਲਾਂ ਵਾਲੇ ਆ, ਕੋਈ ਵੀ ਜਿਹੜਾ ਵੀ ਲੀਕ ਗਾਣਾ ਪ੍ਰਮੋਟ ਕਰੂਗਾ ਉਹਦੇ 'ਤੇ ਲੀਗਲ ਐਕਸ਼ਨ ਹੋਊਗਾ, ਚਾਹੇ ਉਹ ਪਾਇਆ ਕਿਸੇ ਹੋਰ ਨੇ ਕੋਈ ਸਾਊਂਡ ਯੂਜ਼ ਵੀ ਕਰ ਰਿਹਾ ਤਾਂ ਵੀ ਹੋਊਗਾ ਠੀਕ ਆ। ਕਿਉਂਕਿ ਇੱਦਾਂ ਦਾ ਸੁਧਰਦੇ ਨਹੀਂ ਪਏ, ਫਿਰ ਸੁਧਾਰਨ ਦਾ ਤਰੀਕਾ ਹੁਣ ਇਹ ਸਹੀ ਆ ਠੀਕ ਆ, ਕਿ ਜਿਹੜੇ ਸੋਚਦੇ ਆ ਕਿ ਖਿੱਚ ਲਓ ਸਬਸਕ੍ਰਾਈਬਰ, ਖਿੱਚ ਲਓ ਵਿਊਜ਼, ਹੁਣ ਇੱਦਾਂ ਸਰਵਿਸ ਹੋਊਗੀ ਬੰਦਿਆਂ ਦੀ, ਤਾਂ ਕਰਕੇ ਤੁਸੀਂ ਤੁਹਾਨੂੰ ਅਕਲ ਆਊਗੀ ਲੈਣ ਤੇ ਤੁਸੀਂ ਆਓ ਠੀਕ ਆ। ਉਹ ਤਾਂ ਕਦੇ ਨਾ ਖੋਲਿਓ ਜਿਹੜਾ ਤੁਹਾਨੂੰ ਲੱਗਿਆ ਰਹੀ ਚੀਜ਼ ਮੈਂ ਪਹਿਲਾਂ ਦੇਖੀ ਨਹੀਂ। ਮੈਂ ਤਾਂ ਉਹਨਾਂ ਤੇ ਹੈਰਾਨ ਆ ਯਾਰ, ਉਹ ਜਿਹੜਾ ਉਹ ਨੇ ਜਿਹੜੇ ਦੋ ਜਣੇ ਕਰਦੇ ਆ ਲੀਕ ਪੂਰੀ ਕਰਤੇ ਗਾਣੇ 10-11, ਉਹ ਉਹਨੂੰ ਗਾਣੇ ਦਾ ਮਤਲਬ ਤੱਕ ਨਹੀਂ ਪਤਾ ਹੁੰਦਾ, ਤੇ ਨਾਲ ਦੱਸਦਾ ਹੁੰਦਾ ਕਿ ਆਹ ਮਤਲਬ ਆ, ਇਹ 'ਚ ਇਹ ਕਿਆ, ਇਹ 'ਚ ਉਹ ਕਿਆ, ਉਹਨੂੰ ਆਪ ਤੱਕ ਨਹੀਂ ਪਤਾ ਹੁੰਦਾ ਕਿ ਗਾਣੇ ਦਾ ਮਤਲਬ ਕੀ ਆ। ਪਹਿਲਾਂ ਗਾਣੇ ਨੂੰ ਸੁਣੋ, ਜੇ ਨਹੀਂ ਸਮਝ ਆ ਰਹੀ ਪਹਿਲਾਂ ਉਹਦੇ ਬਾਰੇ ਸਟੱਡੀ ਕਰੋ, ਫਿਰ ਗਾਣੇ ਦਾ ਮਤਲਬ ਦੋ। ਗਲਤ ਗਾਈਡ ਨਾ ਕਰੀ ਜਾਓ ਠੀਕ ਆ। ਮੰਨਿਆ ਕਿ ਸਾਡੀਆਂ ਵੀਡੀਓ ਕਾਪੀਆਂ ਕਰੀ ਜਾਂਦੇ ਹੋ, ਵਰਡ ਚੱਕ ਕੇ ਜਿੱਥੇ ਰੋਕਦੇ ਹੋ ਉੱਥੇ ਰੋਕ ਕੇ ਬੋਲਣ ਲੱਗ ਪੈਂਦੇ ਹੋ, ਪਰ ਘੱਟੋ ਘੱਟ ਇੰਨਾ ਤਾਂ ਸੋਚੋ ਕਿ ਤੁਹਾਡੇ ਸਬਸਕ੍ਰਾਈਬਰ ਕਿੰਨੇ ਆ ਠੀਕ ਆ, ਤੇ ਤੁਸੀਂ ਇੱਕ ਚੰਗਾ ਮੈਸੇਜ ਦਿਓ। ਹੈਸ਼ਟੈਗ ਤਾਂ ਉਹ ਵੀ ਨਹੀਂ ਯੂਜ਼ ਕਰਦਾ ਮੈਨੂੰ ਲੱਗਦਾ, ਅਕਲ ਨਕਲ, ਉਹ ਨਕਲ ਅਕਲ ਨਾ ਵੱਜਦੀ ਆ। ਚਲੋ ਜੇ ਕਾਪੀ ਕਰ ਵੀ ਰਹੇ ਹੋ ਤੁਸੀਂ, ਅਸੀਂ ਚੰਗੇ ਹਾਂ, ਅਸੀਂ ਉੱਦਾਂ ਦੇ ਨਹੀਂ ਕਰ ਰਹੇ ਜਿੱਦਾਂ ਦਾ ਤੁਸੀਂ ਬਣਾਤਾ। ਅਸੀਂ ਸੀਰੀਅਸਲੀ, ਸਾਨੂੰ ਪ੍ਰਾਊਡ ਫੀਲ ਹੁੰਦਾ, ਅਸੀਂ ਆਪਣੇ ਆਪ ਨੂੰ ਜੋ ਸ਼ੀਸ਼ੇ ਦੇਖਦੇ ਹਾਂ ਨਾ, ਤਾਂ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਭੇਡ ਚਾਲ ਨਹੀਂ ਚੱਲੇ, ਸਹੀ ਆ, ਅਸੀਂ ਆਪਣਾ ਖੜੇ ਹਾਂ, ਠੋਕ ਕੇ ਖੜੇ ਹਾਂ, ਸਿੱਧੂ ਬਾਈ ਦੀ ਫੈਮਿਲੀ ਨਾਲ ਖੜੇ ਹਾਂ, ਸਹੀ ਆ। ਅਸੀਂ ਅੱਜ ਦੇ ਗਾਣੇ ਨਹੀਂ ਕਰਦੇ ਪਏ, ਸਿੱਧੂ ਬਾਈ ਦੇ ਪਹਿਲੇ ਦਿਨ ਤੋਂ ਕਰਦੇ ਪਏ ਹਾਂ, ਮੂਸ ਟੇਪ ਦੀ ਸ਼ੁਰੂ ਕੀਤੀ ਸੀਗਾ, ਸਭ ਤੋਂ ਪਹਿਲਾਂ ਗਾਣਾ ਬਾਈ ਦਾ ਕੀਤਾ ਹੋਇਆ ਸੀ ਅਨਫਕ ਵਿਦ ਦੇਵਲ ਜੀ ਸ਼ਿਟ ਠੀਕ ਆ, ਸੇਮ ਬੀਫ ਹੋ ਗਿਆ, ਸਭ ਤੋਂ ਪਹਿਲਾਂ ਗਾਣਾ ਬਾਈ ਦਾ ਕੀਤਾ ਹੋਇਆ ਫੱਕ ਐ ਮੌਲ, ਸਹੀ ਹੈ, ਜਦੋਂ ਗਾਣਾ ਆਇਆ ਸੀ ਉਸ ਤੋਂ ਬਾਅਦ ਸਾਰੇ ਗਾਣੇ ਕੀਤੇ ਹੋਏ ਬਾਈ ਦੇ ਮੂਸ ਟੇਪ, ਅਸੀਂ ਕੋਈ ਅੱਜ ਦੇ ਨਹੀਂ ਕਰਦੇ ਪਏ। ਜੇ ਕੋਈ ਬੜਾ ਸਿਆਣਾ ਵਿੱਚ ਆ ਕੇ ਚੌਧਰੀ ਘੋੜਦਾ ਨਾ, ਤਾਂ ਸਾਡੀ ਵੀਡੀਓਜ਼ ਦੇਖਦੇ ਨੇ, ਉਹਦਾ ਦੇਖਦੀ ਖੋਲ ਕੇ ਦੇਖਦੇ ਨੇ, ਉਹਨਾਂ ਲਈ ਇਹ ਗੱਲ ਆ, ਕੰਨ ਖੋਲ ਕੇ, ਅੱਖਾਂ ਖੋਲ ਕੇ ਇਹ ਚੀਜ਼ ਦਿਮਾਗ 'ਚ ਪਾ ਲਓ। ਹੁਣ ਕੱਲ ਨੂੰ ਦੁਬਾਰਾ ਕਦੇ ਵੀ ਇਹ ਨਾ ਸੋਚੋ ਕਿ ਜਿਹੜੇ ਪਾਏ ਹੋਏ ਆ ਉਹ ਵੀ ਪ੍ਰਾਈਵੇਟ ਕਰ ਦਿਓ, ਜੋ ਵੀ ਕਿਤੇ ਸ਼ੋਅ ਹੋ ਗਏ ਨਾ ਉਹਨਾਂ ਨੂੰ ਤੁਹਾਡਾ ਤੰਬੂ ਲੱਗ ਜਾਣਾ, ਲੀਗਲ ਐਕਸ਼ਨ ਲਿੱਤਾ ਜਾਊਗਾ, ਤੁਹਾਡਾ ਪੇਜ ਹੀ ਚੈਨਲ ਬੰਦ ਹੋਊਗਾ, ਕੋਈ ਫਾਇਦਾ ਨਹੀਂ, ਸਹੀ ਹੈ। ਇਸ ਚੀਜ਼ ਦੇ ਉੱਤੇ ਕਰੋ ਇਮਾਨਦਾਰੀ ਨਾਲ ਕਰੋ ਕੰਮ, ਜੋ ਹੈ ਐਸਬੀ ਉਹ ਦਿਖਾਓ ਲੋਕਾਂ ਨੂੰ। ਬਹੁਤ ਕੁਝ ਪਿਆ ਯਾਰ, ਸਿੱਧੂ ਬਾਈ ਦੇ ਕਿੰਨੇ ਇੰਟਰਵਿਊਜ਼ ਪਏ ਨੇ, ਕਿੰਨੇ ਲਾਈਵ ਪਏ ਨੇ, ਸਿੱਧੂ ਬਾਈ ਦਾ ਇੰਨਾ ਕੰਟੈਂਟ ਆ, ਸਾਰੀ ਉਮਰ ਨਹੀਂ ਮੁੱਕਣਾ, ਸਾਰੀ ਉਮਰ ਨਹੀਂ ਮੁੱਕਣਾ, ਤੁਸੀਂ ਉੱਤੇ ਕਰੋ ਬਿਊਆਂ ਖਤਰ ਲੀਕ ਸੌਂਗ, ਸ਼ਰਮ ਕਰੋ ਯਾਰ, ਚਾਹੇ ਇੱਕ ਅੱਖਰ ਹੀ ਲੀਕ ਵਰਡ ਦਾ ਇੱਕ ਅੱਖਰ ਆ, ਤੁਸੀਂ ਕਹੋਗੇ ਨਾ ਕਿ ਕਿਹੜਾ ਪੂਰਾ ਗਾਣਾ ਹੈ, ਸਿਰਫ ਦੋ ਲਾਈਨਸ ਹੈ, ਚਾਹੇ ਇੱਕ ਅੱਖਰ ਹੀ ਹੈ ਬਾਈ, ਸਾਰੀ ਗੱਲ ਤੁਸੀਂ ਮਿਹਨਤ ਕੀਤੀ ਕਿਸੇ ਚੀਜ਼ ਤੇ ਠੀਕ ਆ, ਤੁਸੀਂ ਕੋਈ ਆਪਣਾ ਆਈਡੀਆ ਬਣਾਇਆ, ਤੁਸੀਂ ਮੰਨ ਲਓ ਤੁਸੀਂ ਕਾਰਾਂ ਦਾ ਡਿਜ਼ਾਇਨ ਕਰਦੇ ਹੋ, ਤੁਹਾਡਾ ਕੋਈ ਡਿਜ਼ਾਇਨ ਹੈ ਤੁਸੀਂ ਕਾਰ ਦਾ ਕੀਤਾ, ਉਹ ਕੋਈ ਅਸੀਂ ਸਾਡੇ ਵਰਗਾ ਲੀਕ ਕਰਕੇ ਕਿਸੇ ਨੂੰ ਦੇ ਦੇਵੇ ਠੀਕ ਆ, ਪ੍ਰਮੋਟ ਕਰ ਦੇਵੇ ਠੀਕ ਆ, ਤੁਸੀਂ ਕੀ ਸਾਰ ਲਓਗੇ, ਤੁਹਾਡੀ ਸਾਰੀ ਮਿਹਨਤ ਉੱਤੇ ਲੱਗੀ ਹੋਵੇ, ਸ਼ਰਮ ਕਰੋ ਯਾਰ, ਤੁਹਾਡੇ ਜ਼ਮੀਰ ਨਾਲ ਦੀ ਚੀਜ਼ ਹੀ ਹੈ ਨਹੀਂ ਗੀ, ਸਿਰਫ ਸਬਸਕ੍ਰਾਈਬਰ ਵਿਊਜ਼ ਹੀ ਦਿਖੀ ਜਾਂਦੇ ਤੁਹਾਨੂੰ, ਤੇ ਜੇ ਬਿਨਾਂ ਲੀਕ ਵਾਲੇ ਗੱਲ ਕਰਦੇ ਹੋ, ਹੱਥ ਜੋੜ ਕੇ ਦੇਖਤੀ ਉਹਨਾਂ ਨੂੰ ਆ ਠੀਕ ਆ, ਵੀ ਜਿਹੜੇ ਦੇਖਦੇ ਆ ਜਾ ਕੇ ਸਿੱਧੂ ਬਾਈ ਨੂੰ ਚਾਹਣ ਵਾਲੇ, ਜਦ ਤੱਕ ਆਪਾਂ ਨਹੀਂ ਸਹੀ ਹੁੰਦੇ ਨਾ ਉੱਤਰ ਸਾਹਮਣਾ ਨਹੀਂ ਚਾਹੀਦਾ ਉਹਨਾਂ ਨੂੰ, ਨਹੀਂ ਆਪਾਂ ਉਹਨਾਂ ਨੇ ਕਿਉਂ ਹਟਣਾ, ਆਪਾਂ ਉਹਨਾਂ ਨੂੰ ਵਿਊ ਦਿੰਨੇ ਆ, ਨਾ ਦੋ ਯਾਰ ਵਿਊ ਠੀਕ ਆ, ਜਿਹੜੇ ਸਿੱਧੂ ਬਾਈ ਨੂੰ ਨਹੀਂ ਚਾਹੁੰਦੇ ਠੀਕ ਆ, ਬਹੁਤ ਨੇ ਜਿਹੜੇ ਨਹੀਂ ਚਾਹੁੰਦੇ ਹੋਏ, ਤੇ ਉਹ ਦੇਖਣਗੇ ਉਹਨਾਂ ਦਾ ਕੋਈ ਵਿਊ ਨਹੀਂ ਆਉਣੇ ਉਹਨਾਂ ਨੂੰ, ਨਾ ਲਾਈਕਸ ਆਉਣੇ, ਨਾ ਸਬਸਕ੍ਰਾਈਬਰ ਆਉਣੇ, ਸਹੀ ਆ, ਤਾਂ ਉਹ ਕਰਨ ਨੂੰ ਹਟਣਗੇ ਵੀ, ਉਹ ਸਾਰੇ ਪੁਰਾਣੇ ਗਾਣੇ ਕਰਨ ਲੱਗ ਜਾਣਗੇ ਸਿੱਧੂ ਬਾਈ ਦੇ ਪ੍ਰੋਪਰ ਕਰਨਗੇ ਨਾਲੇ, ਜਦੋਂ ਆਪਾਂ ਹੀ ਵਿਊ ਤੇ ਕਮੈਂਟ ਕਰਨ ਲੱਗ ਜਾਂਦੇ ਆ ਨਾ ਜਾ ਕੇ, ਫਿਰ ਕੰਮ ਖਰਾਬ ਹੁੰਦਾ ਸਾਰਾ, ਸਹੀ ਆ। ਤੇ ਇੱਕ ਜਿਹੜਾ ਉਹ ਆ ਜਿਹੜਾ ਮੂਸੇ ਪਿੰਡ ਤੁਰਿਆ ਰਹਿੰਦਾ, ਉਹਨੂੰ ਤਾਂ ਮੈਨੂੰ ਲੱਗਦਾ ਸ਼ਰਮ ਦਾ ਘਾਟਾ ਹੀ ਆ, ਉਹ ਤਾਂ 20 ਕਮੈਂਟ ਦੇਖੇ ਥੱਲੇ ਮੈਂ, ਜੇ ਉਹਦੀ ਵੀਡੀਓ ਤੇ 20 ਕਮੈਂਟ ਆਏ, 20 ਦੇ ਵਿੱਚੋਂ 18 ਕਮੈਂਟ ਇਹੀ ਆ ਬਾਈ ਆਪ ਤਾਂ ਹੈਸ਼ਟੈਗ ਯੂਜ਼ ਕਰ ਲਾ, ਉਹਨੂੰ ਫਿਰ ਤੱਕ ਨਹੀਂ ਸ਼ਰਮ ਆਉਂਦੀ। ਉਸ ਬੰਦੇ ਤੱਕ ਸਾਡੀ ਵੀਡੀਓ ਜ਼ਰੂਰ ਪਹੁੰਚਾਇਓ ਠੀਕ ਆ, ਉਹਨੂੰ ਪਤਾ ਲੱਗੇ ਕਿ ਹੈਸ਼ਟੈਗ ਪੜਦਾ ਵੀ ਹੋ, ਪਰ ਬੇਸ਼ਰਮ ਇੰਨਾ ਹੋਇਆ ਹੋਇਆ ਫਿਰ ਵੀ ਯੂਜ਼ ਨਹੀਂ ਕਰਦਾ। ਹਾਂ, ਉਹ ਬੰਦਾ ਸਿਰੇ ਦਾ ਬੇਸ਼ਰਮ ਆ ਯਾਰ, ਦੇਖ ਲਿਆ ਲਾ ਲਿਆ ਹਿਸਾਬ, ਉਹ ਤਾਂ ਉਹ ਨਾਲੇ ਡੇਲੀ ਮੂਸੇ ਹੁੰਦਾ, ਡੇਲੀ ਮਾਂ ਪਿਓ ਨੂੰ ਦੇਖਦਾ ਸਿੱਧੂ ਬਾਈ ਦੇ, ਉਹਨੂੰ ਫਿਰ ਵੀ ਨਹੀਂ ਇਸ ਚੀਜ਼ ਦਾ ਅੰਦਰੋਂ ਦਿਲ 'ਚ ਉਹਦੇ ਇਹ ਆ ਰਿਹਾ ਕਿ ਯਾਰ ਮੈਂ ਜਸਟਿਸ ਲਈ ਕੁਛ ਕਰਾਂ, ਮੈਂ ਜਸਟਿਸ ਦੇ ਹੈਸ਼ਟੈਗ ਯੂਜ਼ ਕਰਾਂ, ਮੈਨੂੰ ਇੰਨੇ ਵਿਊਜ਼ ਆਉਂਦੇ ਆ ਸਿੱਧੂ ਬਾਈ ਕਰਕੇ, ਮੇਰਾ ਚੈਨਲ ਚੱਲਿਆ, ਉਹਦੀਆਂ ਹੁਣ ਅਸੀਂ ਗੱਲਾਂ ਨਹੀਂ ਕਰਨੀਆਂ, ਬਾਕੀ ਟੱਕਰਾਂਗੇ, ਬਾਕੀ ਇਹ ਚੀਜ਼ ਉਸ ਬੰਦੇ ਬਾਰੇ ਸਾਨੂੰ ਉਹਦਾ ਪਾਸਟ ਸਾਰਾ ਕੁਝ ਪਤਾ ਲੱਗ ਗਿਆ, ਉਹ ਬੰਦਾ ਪਹਿਲਾਂ ਕਿਹੜੀ ਲਾਈਨ 'ਚ ਸੀ, ਸਾਨੂੰ ਇੱਕ ਭਰਾ ਨੇ ਫੋਨ ਕਰਕੇ ਸਪੈਸ਼ਲ ਦੱਸਿਆ
ਵੀ ਪਹਿਲਾਂ ਕਿਹੜੀ ਲਾਈਨ 'ਚ ਸੀ, ਕਿੱਦਾਂ ਫੇਲ ਹੋਇਆ, ਠੀਕ ਆ, ਕੀ ਕਰਦਾ ਸੀਗਾ ਸਾਰਾ, ਇੱਕ ਭਰਾ ਨੇ ਪ੍ਰੋਪਰ ਡਿਟੇਲ ਵਿੱਚ ਦੱਸਿਆ ਸਾਨੂੰ। ਸੋ ਫਿਰ ਵੀ ਉਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੇਰਾ ਸਿੱਧੂ ਬਾਈ ਕਰਕੇ ਚੈਨਲ ਚੱਲਿਆ, ਠੀਕ ਆ, ਅਤੇ ਤੂੰ ਉਸ ਬਾਈ ਦੇ ਹੱਕ 'ਚ ਹੀ ਨਹੀਂ ਖੜਦਾ ਪਿਆ, ਚਲੋ ਆਪਣੇ ਵਿਊਜ਼ ਅਤੇ ਸਬਸਕ੍ਰਾਈਬਰ ਵਿੱਚ ਤੁਰਿਆ ਫਿਰਦਾ। ਸੋ ਬਾਕੀ ਨੂੰ ਹੈਸ਼ਟੈਗ ਵੱਧ ਤੋਂ ਵੱਧ ਯੂਜ਼ ਕਰੋ, ਵੀ ਵਾਂਟ ਜਸਟਿਸ ਫੋਰ ਸਿੱਧੂ ਮੂਸੇਵਾਲਾ, ਅਵਾਇਡ ਫੇਕ ਨਿਊਜ਼ ਐਂਡ ਮੀਡੀਆ। ਬਾਕੀ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ ਮਾਰ ਜਰੂਰ ਕਰਿਓ, ਤੇ ਦੂਜੇ ਚੈਨਲ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ, ਤੇ ਉਹਨੂੰ ਸ਼ੇਅਰ ਕਰਿਓ ਜਾ ਕੇ। ਹਾਂ, ਵਲੌਗਸ ਪਲੈਨਟ ਇੱਧਰ ਕਿਤੇ ਆਉਂਦਾ ਹੋਣਾ ਨਾਮ, ਠੀਕ ਆ, ਦੋਨੇ ਸਾਈਡ ਤੋਂ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਵਾ, ਤੇ ਜਾ ਕੇ ਉਹਨੂੰ ਸ਼ੇਅਰ ਕਰਿਓ। ਤੁਹਾਡੇ ਪਿਆਰ ਤੇ ਸਾਥ ਦੀ ਲੋੜ ਆ, ਜਿਵੇਂ ਇੱਥੇ ਪਿਆਰ ਦਿੰਦੇ ਉਵੇਂ ਉੱਤੇ ਦਿਓ, ਸਹੀ ਆ, ਤੇ ਆਪਾਂ ਨੂੰ ਇਹ ਨਹੀਂ ਆ ਕੋਈ ਲਾਲਚ ਨਹੀਂ ਆ, ਠੀਕ ਆ, ਵੀ ਇੱਦਾਂ ਕਰ ਦਿਓ ਉੱਦਾਂ ਕਰ ਦਿਓ, ਜੇ ਤੁਹਾਨੂੰ ਚੀਜ਼ ਵਧੀਆ ਲੱਗਦੀ ਆ ਤਾਂ ਕਰੀ, ਤਾਂ ਕਹਿ ਰਹੇ ਕਿਉਂਕਿ ਜਿਹੜੀ ਚੀਜ਼ ਦਿਖਾਉਣਾ ਚਾਹੁੰਦੇ ਹਾਂ ਅਸੀਂ, ਚਾਹੁੰਦੇ ਆ ਕਿ ਲੋਕ ਦੇਖਣ, ਵੀ ਇੱਕ ਵਾਰ ਆਡੀਅੰਸ ਸਾਰੇ ਭਰਾ ਭੈਣ ਇਕੱਠੇ ਹੋ ਜਾਣ ਉੱਤੇ, ਵਧੀਆ ਫਿਰ ਆਪਾਂ ਪ੍ਰੋਪਰ ਲੈ ਕੇ ਆਵਾਂਗੇ, ਸਹੀ ਆ ਉਹ ਚੀਜ਼। ਵਧੀਆ, ਅਡੀਓਸ ਅਮੀਗੋ।